ਪੰਜਾਬ ਵਸਦਾ ਹੈ ਕਿ ਆਮੀ ਬਾਬਾ ਨਾਨਕਾ ਆਮੀ ਬਾਬਾ ਨਾਨਕਾ ਇਹੋ ਜਿਹੀਆਂ ਖੁਸ਼ੀਆਂ ਲਿਆਮੀ ਬਾਬਾ ਨਾਨਕਾ। ਸੋ ਬਾਬੇ ਨਾਨਕ ਦੇ ਨਾਂ ਦੀ ਜ਼ੋਰਦਾਰ ਤਾੜੀ ਮਾਰ ਦਿਓ ਬਾਬੇ ਨਾਨਕ ਦੀ ਕਿਰਪਾ ਦੇ ਨਾਲ। ਆਓ ਵੇਖਦੇ ਹਾਂ ਵੀ ਪਹਿਲੀ ਰੇਡ ਟੇਕ ਧਰਤੀ ਮਾਂ ਨੂੰ ਮੱਥਾ ਹੈ ਸੂਰਮੇ ਨੇ ਪਾ ਦਿੱਤੀ ਹੈ, ਇੱਕ ਕਿੰਨੀ ਤੇ ਮਣੀ ਹੈ। ਆਹ ਦੂਸਰੇ ਪਾਸੇ ਟੈਟੂ ਬਣੇ ਹੋਏ ਹੈ। ਮੈਂ ਵੇਖਦਾ ਵੀ ਹਰਮਨ ਨੇ ਕੋਸ਼ਿਸ਼ ਕੀਤੀ ਹੈ, ਹਰਮਨ ਇੱਥੋਂ ਦਾ ਹੀ ਬੌਰਨਾ ਹੈ। ਆਹ ਪੀਲੇ ਪੈਕਟ ਦੁੱਧ ਪੀ ਕੇ ਫਿਰ ਕੌਡੀ ਨਹੀਂ ਉਹ ਖੇਡ ਹੁੰਦੀ, ਪੈਰ ਲੈਣ ਤੇ ਆ ਜਾਂਦੇ ਬਈ। ਜਦ ਗੱਭਰੂ ਦੀ ਰੇਡ ਹੁੰਦੀ ਵਿੱਚ ਪੜਾਉਂਦੇ ਪੈਨ ਪਟਾਕੇ ਤੇ ਕੰਨ ਗੂੰਜਦੇ ਥਫੜਿਆਂ ਨਾਲ, ਕੈਰਮ ਬੋਰਡ ਖੇਡਦੇ ਯੰਕੇ ਤੇ ਮਰਦ ਖੇਡਦੇ ਖਤਰਿਆਂ ਨਾਲ। ਮੰਗੀ ਦਾ ਵੀਰ ਜਿੰਦਾ ਕੋਸ਼ਿਸ਼ ਕਰ ਰਿਹਾ। ਆ ਰਿੰਕੂ ਦਾ ਖਰੰਟੀ ਪਿੰਡ ਹੈ, ਇਹ ਹਰਿਆਣੇ ਵਾਲਾ ਹੈ। ਕਿੰਨੇ ਕੁ ਬਾਈ ਹਰਿਆਣੇ ਤੋਂ ਇੱਥੇ ਪੁੱਜੇ ਹੈ, ਤਾੜੀ ਮਾਰ ਕੇ ਦੱਸੋ ਯਾਰ। ਲਓ ਹਰਿਆਣੇ ਕਾ ਛੋਰਾ, ਇਹਨੇ ਸਿਡਨੀ ਵਿੱਚ ਵੀ ਅੱਤ ਕਰਾਈ ਕਿ ਮੇਰਾ ਮਨ ਡੋਲੇ ਮੇਰਾ ਤਨ ਡੋਲੇ। ਆ ਬਿਨੇ ਖੱਤਰੀ ਅਗਲੀ ਰੇਡ ਪਾਉਣ ਦੇ ਲਈ ਤੋਤਾ ਫੇਰ ਮੈਦਾਨ ਦੇ ਵਿੱਚ ਵਧਿਆ, ਕਿਉਂਕਿ ਰਿੰਕੂ ਤੇ ਬਿਨੇ ਇਹ ਦੋ ਸਟਾਰ ਹੈ। ਰਿੰਕੂ ਕੈਨੇਡਾ ਦੇ ਕੱਪ ਦਾ ਬੈਸਟ ਰਿਹਾ, ਪਰ ਨਵ ਪੱਤਣਾ ਵਾਲਾ ਹੋ ਗਿਆ ਸਾਹਮਣੇ ਤੋਤਾ ਤੇ ਨਵ ਪੈ ਗਏ ਪਟਾਕੇ ਕਿ ਛੱਡਦੇ ਛੋਟਿਆ ਵੀਰਾ ਕਰਨੀ ਰੀ ਸ਼ਰਾਬੀਆਂ ਦੀ। ਆ ਦੇਖ ਪਟਾਕੇ ਪੈਂਦੇ ਕੌਡੀ ਖੇਡ ਪੰਜਾਬੀਆਂ ਦੀ। ਆ ਗਿਆ ਪੰਜਾਬੀਆਂ ਦਾ ਮੱਖਣ ਸਿੰਘ, ਮੱਖਣ ਦੀ ਰੇਡ ਜੇ ਜੇ ਐਸ ਕਹਿੰਦੇ ਆ ਇਸ ਗੱਭਰੂ ਨੂੰ। ਮਸੀਕਨ ਮੂਲ ਦਾ ਅਮਰੀਕਾ ਤੋਂ ਛਾਤੀ ਟੱਚ ਕੀਤੀ ਹੈ ਕਿ ਤੇਰੀ ਵੇ ਡਰਾਈਵਰ ਅਮਰੀਕਾ ਵਾਲਿਆ ਹੈ, ਕਿੱਥੇ ਜਾਂਦੀ ਤਨਖਾਹ। ਇਹ ਦੋ ਭਰਾ ਖੇਡਦੇ ਹੈ, ਇੱਕ ਨੂੰ ਸੁਲੱਖਣ ਪੰਜਾਬੀਆਂ ਦਾ ਕਿਹਾ ਜਾਂਦਾ, ਇਹਨੂੰ ਮੱਖਣ ਕਿਹਾ ਜਾਂਦਾ ਹੈ। ਲਓ ਸਾਹਮਣੇ ਵੇਖਦਾ ਵੀ ਪੰਮਾ ਕਬੱਡੀ ਪਾਉਣ ਦੇ ਵਾਸਤੇ ਬੱਗਿਆਂ ਵਾਲਾ ਸ਼ਾਹਕੋਟ ਦਾ ਏਰੀਆ, ਨੰਗਲੰਬੀਆਂ ਔਰ ਪਰਜੀਆਂ, ਚਾਹੇ ਧਰਮੀ ਵਾਲ ਦੀ ਗੱਲ ਹੁੰਦੀ ਹੈ, ਨਾਲ ਨਾਲ ਪਿੰਡ ਹੈ, ਖਿਡਾਰੀਆਂ ਦੇ ਪਿੰਡ ਹੈ। ਪਰ ਦੂਸਰੇ ਪਾਸੇ ਵੇਖਦਾ ਵੀ ਮਨਵੀਰ ਇੱਥੋਂ ਦਾ ਹੀ ਬੌਰਨਾ ਹੈ। ਮਨਵੀਰ ਨੇ ਕੋਸ਼ਿਸ਼ ਕੀਤੀ, ਨੰਬਰ ਧਾਵੀ ਦੇ ਹਿੱਸੇ ਹੈ। ਰੋਜੀ ਖੇਰਾ ਜੀ ਕਿਹੜੇ ਪਾਸੇ ਹੋ, ਆ ਜਾਓ ਮਾਈਕ ਦੇ ਉੱਪਰ ਕਰੀਏ ਗੱਲ। ਠੀਕ ਹੈ, ਲਾਓ ਵਿਨੇ ਛਤਰੀ ਨੰਬਰ ਹਰਿਆਣੇ ਕਾ ਛੋਰਾ ਕਿ ਮੇਰਾ ਮਨ ਡੋਲੇ ਮੇਰਾ ਤਨ ਡੋਲੇ। ਹਰਿਆਣੇ ਦੇ ਗਾਣੇ ਬੜੇ ਮਸ਼ਹੂਰ ਨੇ, ਜਿਵੇਂ ਕਹਿੰਦੇ ਹੁੰਦੇ ਆ ਝੂਠ ਬੋਲੇ ਕਊਆ ਕਾਟੇ ਕਾਲੇ ਕਊਏ ਸਿੱਧ ਰਿਓ, ਮੈਂ ਮਾਇਕੇ ਚੱਲੀ ਜਾਊਂਗੀ ਤੁਮ ਦੇਖਦੇ ਰਹੀਓ। ਹੁਣ ਦੇਖਦੇ ਆ ਵੀ ਮਨੂ ਕਬੱਡੀ ਪਾ ਰਿਹਾ ਸ਼ੇਰੇ ਪੰਜਾਬ ਕਬੱਡੀ ਕਲੱਬ ਵੱਲੋਂ। ਆਹ ਮਣੀ ਹੋ ਗਿਆ ਸਾਹਮਣੇ, ਰੱਖਿਆ ਧੌਣ ਤੇ ਹੱਥ, ਪੈ ਗਏ ਪਟਾਕੇ ਭਰੀਆਂ ਬਗਲਾ। ਆਹ ਖਵਾਤੀ ਲੋਟਰੀ ਤੇ ਲੋਟਰੀ, ਹੁਣ ਗੱਲ ਕਸੂਤੀ ਜਾਪਦੀ ਆ। 30 ਸਕਿੰਟਾਂ ਦਾ ਸਮਾਂ ਹੈ, ਸਮਾਂ ਹੈ। ਆਹ ਵਾਹ ਮੁੰਡਿਆ, ਆਹ ਸਿਰਾ ਲੱਗ ਗਿਆ, ਅੱਜ ਸ਼ੇਰੇ ਪੰਜਾਬ ਦਾ ਮੇਲਾ ਹੈ। ਆਹ ਪੰਜਾਬੀਆਂ ਦਾ ਮੱਖਣ ਸਿੰਘ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਾਧਾ ਹੋਇਆ ਕਿ ਨੰਗੇ ਪਿੰਡੇ ਚੜੀ ਜਵਾਨੀ ਦੁਨੀਆ ਸਾਰੀ ਮੰਨੇ ਹੱਟ ਕਬੱਡੀ ਬੰਨੇ ਬਈ ਹੱਟ ਕਬੱਡੀ ਬੰਨੇ। ਉਹ ਮੰਨੇ ਬੱਗਿਆਂ ਵਾਲਾ 9-11 ਦਾ ਜੇਤੂ ਹੈ, ਪਰ ਨੰਬਰ ਜੇ ਜੇ ਇਸ ਮਸੀਕਨ ਮੂਲ ਦਾ ਖਿਡਾਰੀ ਅੱਜ ਆਪਣੀ ਟੀਮ ਦੇ ਲਈ ਮੱਖਣ ਸਿੰਘ ਲੱਖਾਂ ਦੇ ਪੁਆਇੰਟ ਦੇ ਜਿਹੜੇ ਵਾਧੇ ਕਰ ਚੁੱਕੇ ਹੈ। ਅਗਲੀ ਰੇਡ ਮੱਖਣ ਸੰਦੂਕ, ਮੱਖਣ ਵਾਹ ਮੱਖੀ ਸੰਦੂਕ ਕਲਾ ਵਾਲਾ, ਇਹ ਵੀ ਮੱਝ ਦਾ ਸੂਰਮਾ। ਆਹ ਨਾ ਪਤਣਾ ਵਾਲਾ ਬੜੀ ਦੂਰ ਤੋਂ ਕੋਚੇ ਕਰ ਰਿਹਾ, ਪਰ ਨੰਬਰ ਰੇਡਰ ਦੇ ਹਿੱਸੇ ਹੈ ਕਿ ਜੰਗ ਲੜ ਕੇ ਜਿੱਤ ਹੁੰਦੀ ਏ, ਨਾ ਕਿ ਮਰ ਕੇ ਜਿੱਤ ਹੁੰਦੀ। ਸਿਰ ਧਰਦੀ ਬਾਜੀ ਲੱਗ ਜਾਂਦੀ ਜਦ ਜਿੱਤਣ ਦੀ ਖਿੱਚ ਹੁੰਦੀ। ਆਹ ਵੇਖਦਾ ਵਿਨੇ ਖੱਤਰੀ ਦੀ ਪਈ ਰੇਡ ਤੇ, ਫਿਰ ਮੰਨੇ ਨੇ ਕੋਸ਼ਿਸ਼ ਕੀਤੀ ਹੈ, ਪਰ ਨੰਬਰ ਰੇਡਰ ਦੇ ਹਿੱਸੇ ਹੈ, ਨੰਬਰ ਧਾਵੀ ਦੇ ਖਾਤੇ ਹੈ। ਅਗਲੀ ਰੇਡ ਪਾਉਣ ਦੇ ਲਈ ਤੋਤਾ ਫਿਰ ਤਿਆਰ ਪਰ ਤਿਆਰ ਹੈ, ਅਗਲੀਆਂ ਟੀਮਾਂ ਵੀ ਤਿਆਰ ਰਹਿਣ। ਤੋਤੇ ਨੇ ਫਿਰ ਸ਼ੇਰੇ ਪੰਜਾਬ ਕਲੱਬ ਵੱਲੋਂ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ। ਪ੍ਰਗਟ ਗਿੱਲ ਜੀ ਸਾਡੇ ਵੀਰ ਨੇ, ਪ੍ਰਗਟ ਵੀਰ ਮੁਬਾਰਕਾਂ, ਤੁਹਾਡੀਆਂ ਬੱਚੀਆਂ ਨੇ ਭੰਗੜੇ
ਪਾਇਆ ਤੇ ਪੰਜਾਬ ਦੇ ਵਿੱਚ ਦੇ ਕੇ ਗੱਲ ਵੱਖਰੀ ਹੈ ਪਰ ਹੁਣ ਖੇਡ ਕਬੱਡੀ ਦੀ ਗੱਲ ਹੈ ਮੁੰਡੇ ਦੇ ਟੈਟੂ ਬਣੇ ਹੈ ਹਰਮਨ ਹਰਮਨ ਇੱਥੋਂ ਦਾ ਬਾਰਨ ਤੋਤਾ ਤੇ ਹਰਮਨ ਹਰਮਨ ਤੇ ਤੋਤਾ ਹੈ ਔਰ ਤੋਤਾ ਉੱਡ ਗਿਆ ਕਿ ਤੋਤਿਆ ਮਨਮੋਹਤਿਆ ਜਿਵੇਂ ਬੱਚੇ ਬੋਲੀਆਂ ਜੀਆਂ ਪਾਉਂਦੇ ਹੁੰਦੇ ਹੈ ਪਰ ਤੋਤਾ ਕਬੱਡੀ ਦਾ ਸਟਾਰ ਹੈ ਅਗਲੀ ਰੇਡ ਫੇਰ ਦੇਖਦੇ ਹੈ ਪਾਉਣ ਦੇ ਲਈ ਮੱਖਣ ਸਿੰਘ ਪੰਜਾਬੀਆਂ ਦਾ ਮੱਖਣ ਵਧਿਆ ਹੋਇਆ ਆਜ਼ਾਦ ਕਬੱਡੀ ਕਲੱਬ ਤੇ ਮੀਰੀ ਪੀਰੀ ਦੀਆਂ ਦੋਨੋਂ ਟੀਮਾਂ ਤਿਆਰ ਪੁਰ ਤਿਆਰ ਰਹਿਣ ਇਸ ਤੋਂ ਅਗਲੇ ਚੱਲਦੇ ਮੈਚ ਦੇ ਵਿੱਚ ਵਿੱਚ ਪਹੁੰਚਣ ਆਜ਼ਾਦ ਕਬੱਡੀ ਕਲੱਬ ਤੇ ਮੀਰੀ ਪੀਰੀ ਉਦੋਂ ਅੱਗੇ ਪਰਥ ਤੇ ਬੁਲਬੁਲਗਾ ਇਹ ਵੀ ਟੀਮਾਂ ਆਪਣੇ ਆਪ ਨੂੰ ਤਿਆਰ ਪੁਰ ਤਿਆਰ ਰੱਖਣ ਜਿਹੜੀਆਂ ਟੀਮਾਂ ਦੀ ਆਪਾਂ ਅਨਾਊਂਸਮੈਂਟ ਕੀਤੀ ਹੈ ਭਗਵਾਨਪੁਰ ਤੇ ਯੂਨਾਈਟਡ ਦਾ ਯੂਨਾਈਟਡ ਤੇ ਭਗਵਾਨਪੁਰ ਦੀਆਂ ਟੀਮਾਂ ਵੀ ਤਿਆਰ ਪਰ ਤਿਆਰ ਰਹਿਣ ਤੇ ਮੈਚਾਂ ਦੀ ਅਸੀਂ ਅਨਾਊਂਸਮੈਂਟ ਦੇ ਦਿੱਤੀ ਹੈ ਸੋ ਟੀਮਾਂ ਆਪਣੇ ਆਪ ਨੂੰ ਤਿਆਰ ਪਰ ਤਿਆਰ ਰੱਖਣ ਦਾ ਉਹ ਰੋਜੀ ਖੇਰਾ ਜੀ ਕਿੱਧਰ ਚਲੇ ਗਏ ਸੀ ਲਓ ਪੰਮਾ ਸੰਘਾ ਕਹਿੰਦੇ ਮੰਗੀ ਦਾ ਵੀਰ ਕਬੱਡੀ ਪਾ ਰਿਹਾ ਤੇ ਉਧਰਲੇ ਪਾਸੇ ਮਨੀ ਦੇ ਨਾਲ ਮੁਕਾਬਲਾ ਪਰ ਪੰਮਾ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਗਿਆ ਆਜ਼ਾਦ ਵਰਸਸ ਮੀਰੀ ਪੀਰੀ ਦਾ ਅਗਲਾ ਮੈਚ ਖੇਡਿਆ ਜਾਣਾ ਲਓ ਹਰਿਆਣੇ ਕਾ ਛੋਰਾ ਹਰਿਆਣੇ ਕਾ ਬਿਨੇ ਖੱਤਰੀ ਕਬੱਡੀ ਪਾ ਰਿਹਾ ਲਓ ਚਾਰਾਂ ਦੇ ਵਿੱਚੋਂ ਮੈਨੂੰ ਲੱਗਦਾ ਪ੍ਰਦੀਪ ਹੈ ਬ੍ਰਿਸਬਨ ਵਾਲਾ ਸ਼ੇਰਪੁਰੀਆ ਪਰ ਉਧਰ ਕਹਿੰਦੇ ਬਿਨੇ ਖੱਤਰੀ ਕਿੱਥੇ ਰੁਕਦਾ 8 ਸਤੰਬਰ ਨੂੰ ਕਹਿੰਦੇ ਪੰਜਾਬੀ ਵਿਰਸਾ ਕਰਵਾਇਆ ਜਾ ਰਿਹਾ ਜਿੱਥੇ ਗੱਲ ਹੋਵੇਗੀ ਕਿ ਰੋਮ ਰੋਮ ਵਿੱਚ ਵਸਿਆ ਪਾਣੀ ਪੰਜ ਦਰਿਆਵਾਂ ਦਾ ਕੋਈ ਫਰਕ ਨਹੀਂ ਪੈਂਦਾ ਔਖੇ ਸੌਖੇ ਰਾਵਾਂ ਦਾ ਸਦਾ ਤਲੀ ਦੇ ਉੱਤੇ ਰਹਿੰਦੀ ਜਾਨ ਪੰਜਾਬੀ ਦੀ ਗੁੱਟ ਵਿੱਚ ਪਾਇਆ ਕੜਾ ਹੋਵੇ ਪਹਿਚਾਨ ਪੰਜਾਬੀ ਦੀ ਪੰਜਾਬੀਆਂ ਦੀ ਪਹਿਚਾਨ ਵੱਖਰੀ ਹੈ ਪੰਜਾਬੀਆਂ ਦੀ ਖੇਡ ਵੱਖਰੀ ਹੈ ਮੁੱਕਦੀ ਗੱਲ ਕੀ ਬਾਜਾ ਖਾਨਾ ਸਾਹਿਬ ਪੰਜਾਬੀਆਂ ਦੀ ਕੌਮ ਵੱਖਰੀ ਹੈ ਕਿ ਸ਼ੇਰਾਂ ਦੀ ਕੌਮ ਪੰਜਾਬੀ ਦੁਨੀਆ ਗੱਲ ਮੰਨੇ ਹੋਏ ਹੱਟ ਕਬੱਡੀ ਬੰਨੇ ਹੋਏ ਹੱਟ ਕਬੱਡੀ ਬੰਨੇ ਹੋਏ ਕਬੱਡੀ ਬੰਨੇ ਹੈ ਸੁਖਰਾਜ ਜੀਰੇ ਵਾਲਾ ਕਹਿੰਦਾ ਹੈ ਵੀ ਜੇ ਜਿੰਦੇ ਨੇ ਮੱਖਣ ਨੂੰ ਦਫਾ ਲਾ ਦਿੱਤਾ ਤੇ $100 ਦਿੱਤਾ ਜਾਵੇਗਾ ਔਰ ਇੰਡੀਆ ਦਾ ਮੇਰੇ ਹਿਸਾਬ ਨਾਲ 5000 ਬਣ ਜਾਣਾ ਹੈ ਆਹ ਵੇਖਦਾ ਵੀ ਸੁਲੱਕ ਮੱਖਣ ਮੰਨੇ ਨੂੰ ਟੱਚ ਕਰ ਨੰਬਰ ਆਪਣੀ ਟੀਮ ਦੇ ਹਿੱਸੇ ਦੋ ਰੇਡਾਂ ਬਾਕੀ ਹੈ ਉਧਰ ਸਾਡੇ ਪ੍ਰਗਟ ਸਿੰਘ ਜੀ ਗਿੱਲ ਸਾਹਿਬ ਕਿ ਕਾਂ ਨੂੰ ਤੂੰ ਜਾਣਦੀ ਹੈ ਇਲ ਨੂੰ ਨਹੀਂ ਜਾਣਦੀ ਵੱਡੀਏ ਮਜਾਜ ਨੇ ਤੂੰ ਗਿੱਲ ਨੂੰ ਨਹੀਂ ਜਾਣਦੀ ਸੋ ਗਿੱਲ ਟਰਾਂਸਪੋਰਟ ਦਾ ਆਹ ਮੱਖੀ ਕਿਆ ਬਾਤ ਹੈ ਕਿਆ ਬਾਤ ਹੈ ਕਿਆ ਬਾਤਾਂ ਬਾਈ ਖੁਸ਼ ਹੋਏ ਹੈ ਮੈਂ ਤਾਂ ਖੜੇ ਖੜੇ ਨੇ ਗੱਲਾਂ ਜੋੜੀਆਂ ਸੀਗੀਆਂ ਇਹ ਆਓ ਬਿਨੇ ਖੱਤਰੀ ਫਿਰ ਆ ਗਿਆ ਕਬੱਡੀ ਕਹਿੰਦੇ ਮੈਚ ਭਖਿਆ ਪਿਆ ਜਿਨ੍ਹਾਂ ਜਿਨ੍ਹਾਂ ਨੂੰ ਮੈਚ ਦਾ ਨਜ਼ਾਰਾ ਆ ਰਿਹਾ ਮੈਲਬਨ ਵਾਲਿਓ ਇੱਕ ਵੱਡੀ ਸਾਰੀ ਤਾੜੀ ਮਾਰ ਕੇ ਦੱਸੋ ਇੱਕ ਵੱਡੀ ਸਾਰੀ ਇਹ ਮੈਲਬਨ ਹੈ ਇਹ ਕਹਿੰਦੇ ਕਬੱਡੀ ਦੇ ਰਿਕਾਰਡ ਬਣਾਉਂਦੇ ਵੀ ਇੱਥੇ ਹੀ ਹੈ ਟੁੱਟਦੇ ਵੀ ਇੱਥੇ ਹੀ ਹੈ ਲਓ ਬਾਸੀ ਸਾਹਿਬ ਬਿਨੇ ਖੱਤਰੀ ਦੀ ਕਬੱਡੀ ਹੈ ਤੇ ਬੱਗਿਆਂ ਵਾਲਾ ਗਿੰਦਾ ਨਹੀਂ ਜਫਾ ਲਾ ਸਕਿਆ ਤੇ ਬਿਨੇ ਖੱਤਰੀ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਗਿਆ ਆ ਗਿਆ ਜੱਟ ਮਾਝੇ ਵਾਲਾ ਆ ਗਿਆ ਕਹਿੰਦੇ ਨੌਜਵਾਨ ਸੰਧੂ ਪਰਿਵਾਰ ਦਾ ਮੱਖਣ ਮੱਖੀ ਕਬੱਡੀ ਪਾ ਰਿਹਾ ਲੈ ਵੀ ਬਾਜੇ ਖਾਣੇ ਵਾਲਿਆ ਛੇੜ ਖਾਣੀ ਸਾਡੀ ਮੱਖੀ ਮੱਖਣ ਮੱਖੀ ਆਹ ਵੇਖਦਾ ਮਣੀ ਹੋ ਗਿਆ ਮੁਕਾਬਲਾ ਸਖਤ ਮੱਖੀ ਦੀ ਮਿਹਨਤ ਬਹੁਤ ਹੈ ਮੱਖਣ ਦੇ ਵਿੱਚ ਚੁਸਤੀ ਬੜੀ ਹੈ ਮੱਖਣ ਚ ਫੁਰਤੀ ਬੜੀ ਹੈ ਕਿ ਕਬੱਡੀ ਜਿਵੇਂ ਕਹਿੰਦੇ ਆ ਨਾ ਕਬੱਡੀ ਖੇਡਣ ਚਾਰ ਸਲੀਕੇ $50 ਸੁਖਰਾਜ ਜੀਰਾ ਕਹਿੰਦਾ ਹੈ ਮੱਖਣ ਮੱਖੀ ਨੂੰ $50 ਦਾ ਮਾਨ ਸਨਮਾਨ ਹੈ ਇੱਧਰ ਵੀ ਮੱਖਣ ਹੈ ਇਹ ਪੰਜਾਬੀਆਂ ਦਾ ਮੱਖਣ ਹੈ ਜੇ ਮਸੀਕਣ ਮੂਲ ਦੀ ਗੱਲ ਕਰੀਏ ਤੇ ਜੇ ਜੇ ਇਸ ਕਬੱਡੀ ਪਾ ਰਹੇ ਆ ਉਹ ਵੇਖਦਾ ਵੀ ਚੌਂ ਜਾਫੀਆਂ ਵਿੱਚੋਂ ਮੰਗੀ ਮੰਗੀ ਦੇ ਪਰਿਵਾਰ ਦੇ ਮੇਰੇ ਵੀਰੋ ਬਹੁਤ ਪਲੇਅਰ ਖੇਡਦੇ ਹੈ ਜਿੰਦਾ ਵੀਰ ਉਧਰ ਮੰਨਾ ਭਤੀਜਾ ਮੰਗੀ ਆਪ ਹੀ ਹੈ ਵਾਰਮ ਅਪ ਕਰ ਰਿਹਾ ਪੰਮਾ ਵੀ ਜਿੱਦਾਂ ਕਹਿ ਦਈਏ ਮੰਗੀ ਦਾ ਛੋਟਾ ਵੀਰ ਹੈ ਮੰਗੀ ਤੂੰ ਭਾਗਾਂ ਵਾਲਾ ਹੈ ਜਿੱਥੇ ਤੂੰ ਆਪਦੀ ਫੈਮਿਲੀ ਨੂੰ ਸੈੱਟ ਕੀਤਾ ਨਾ ਉੱਥੇ ਬਹੁਤ ਸਾਰੇ ਪਲੇਅਰਾਂ ਦਾ ਤੂੰ ਹੋਰ ਵੀ ਜਿਹੜਾ ਵੀ ਉਹਨਾਂ ਨੂੰ ਵੀ ਜਿੱਦਾਂ ਸੈੱਟ ਕੀਤਾ ਪੰਜਾਬ ਦੇ ਕੱਪਾਂ ਤੇ ਖੇਡਦੀ ਹੈ ਇਹ ਨਕੋਦਰ ਦੀ ਟੀਮ ਔਰ ਮੈਂ ਆਪਣੇ ਵੀਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹੈ ਹਰਜੀਤ ਬਰਾੜ ਦੀ ਬਿਲਕੁਲ ਸੋਚ ਦਾ ਮਾਲਕ ਹੈ ਹਰਜੀਤ ਬਰਾੜ ਨੇ ਬੜੇ ਪਲੇਅਰ ਬਾਹਰ ਲੈ ਕੇ ਗਏ ਹੈ ਕੇਵਲ ਸੇਖੇ ਨੇ ਵੀ ਜਾਣਾ ਸੀ ਤਲਵਾਰ ਨੇ ਵੀ ਜਾਣਾ ਸੀ ਲੋਪੋ ਨੇ ਵੀ ਜਾਣਾ ਸੀ ਵੀਜੇ ਆ ਗਏ ਸੀਗੇ ਪਰ ਵਾਹਿਗੁਰੂ ਦਾ ਪਾਣਾ ਬਣਿਆ ਦੋਨੋਂ ਟੀਮਾਂ ਜੇ ਤੇ ਮੈਚ ਦਾ ਸਵਾਦ ਆ ਰਿਹਾ ਕਰੀ ਤਾੜੀ ਮਾਰ ਕੇ ਦੱਸੋ ਸਕੋਰ ਦੱਸਦਾ ਮੈਂ ਕਿੰਨੇ ਆ
दस नंबर शेरे पंजाब दे है। रोजी खेरा जी उधर भी दस है, दस्यो यारा मैं कह नहीं है। दूसरी टीम ने भी दस है, अद्धा नंबर हुण तुहानूं दस दिया भी कैड़ी टीम ना उपर है जिने पहला कबड्डी पाई है। शेरे पंजाब, शेरे पंजाब दे साढ़े दस नंबर ने। जे मैदा दिलों स्वाद आ रहा है एक बारी तारी मार दियो, जिमे कहंदे आ रसगुल्ले पलवाना नूं कदे ढेरी कर देना, ओ थर्मामीटर बलिया चेक दलेरी कर देना, थर्मामीटर बलिया चेक दलेरी कर देना। हुण दलेरी परथी जानी है। रोजी खेरा साहब माइक लाओ, माइक शुरू होने जा रहे हैं। हुण आपां जिहड़ी कबड्डी दी गल नाल दी नाल सांझ पाईए, उधर साडे वीर दैनी सोल जी टीमां इस तों अगले आजाद ते मेरी पीरी, सो दोनों टीमां भी तैयार पर तैयार रहन। लाओ मक्खन, पंजाबियां ना मक्खन सिंह आ गए के खा खा मक्खना दे पेड़े पीते दुध दे छन्ने। हट कबड्डी बन्ने आ भी हट कबड्डी बन्ने। आओ देखदा छाती टच कीता है हरजीत बरारंगू, मुंडे दे पब्बा थले पचाल नचदा है कि कौडी खेडन चार सुलिके, फुरती दा दलेरी जोर जिनू चारे आ गए यारो, बन जेओ कलहरी मोर बन हीरा विच दुनिया चमके, जांदा अड्डियां नाल पतासे पोर। बच्चो पम्मा पम्मा कहंदे संगे परिवार दा कबड्डी पा रिया गुरमेल सिंह संगे दा पुत्र है, उधर चार ने तैयार ने, हुण किहो जिहा करदे बार ने ले भी जसिया, पर पम्मा ते कहंदे हत्थां दे विचों निकल गया कि विच गहरे झल्लां दे कदे शेर ना रहिंदे गुजे, कौन ठल्ले तूफानां नूं सागर विच ना पैंदे कुजे। हुण सागरां नूं कुजियां दे विच कौन बंद करदा, इह ते गल समें दी आ। उधर मन्ना मन्ना भग्गिया बड़ा कहंदे मंगी दा चेला, पर बिने खतरी उधर तगड़े पॉइंट दा वादा कर गया। जिथे 8 सितंबर नूं बिरसा हो रहा उथे कहंदे 15 सितंबर नूं मैनू लगदा आरनेत भी आ रहा, ते आरनेत नूं कौन लिया रहा, इको जट उधर जीरे वाला कि होर केड़ा तू दिल्ली जीती, बस दिल ही जीते है तेरे यार नूं दबण नूं फिरदे सी पर मक्खी दबदा किथे है, पर मक्खी दबदा किथे है। लो हैसूस, हैसूस इज रेडिंग, हैसूस इज ऑन अटैक, हैसूस इज इन एक्शन, एक्शन बॉय हैसूस कबड्डी पा रहा। ले भी बग्गे पिंड बारिया गिंदिया, वेख वेख करके दो हाथ हैसूस, पर पॉइंट हैसूस जेनू जेनू गोरे दी खेड़ बढ़िया लगदी, तारी बड़ी सारी गोरे दे लई मार दियो। लो अगली कबड्डी संधू परिवार दा मक्खी ते बाजा खाना जी माइक ते। सुखराज जी गिंदा जफा लाऊगा, $100 आपां बोलिया है, एक 100 दित्ता जाऊगा। लाओ मक्खी, ऐसने माझे दा मझैल, माझे दी धरती सूरमियां दी धरती योध्यां दी धरती, अमृतसर दे पापड़ में खांदी ना, अमृतसर दे पापड़ मशहूर ने। ओ वाह नहीं रीसा है। दूसरे पासे देखदा भी मनवीर ने कोशिश की पर नंबर धावी ने अपनी टीम दे हिस्से जोड़ दिता है। आ गया हरियाणे का छोरा, हुण देखदा विनय खत्री रिंकू खंटी ने जो पहली बार कनेडा वर्ल्ड कप खेडया ते बेस्ट रहा, आ मुंडे ने सरनी दे विच भी भंगड़े पवाए है। ए विनय खत्री हरियाणे वाला है, अज हरियाणे वाले ताड़ियां घट मार रहे है, ताड़ी मारो तुहाडा इस स्टेट दा प्रधान है। हरियाणे ने सुनील कुमार वर्गे बड़े प्रधान पैदा किते है। आ देखदा भी मंगी दा छोटा वीर कबड्डी पाउण दे लई पम्मा वधिया होया है, और नब पतला वाला हो गया सामने, इको जिहियां पट्टियां है इको जे जुस्से है, पर तकदीरां वखो वखरियां है। मक्खन दी रेड मैदान दे विच देखदा भी एरो, इक दा वीर एरो है, एरो यार मुंडे लीग भी जदों मैच ते होई सी उथे भी तगड़ा प्रदर्शन सी, ए बाजियां बड़ियां पाउंदे है। और कहंदे इत्थे रख हैसूस कहंदे तगड़े पॉइंट दा वाधा अपनी टीम दे लई करदा होया। लो मक्खी फहरा गया, मुंडा माझे वाला फहरा गया, मुंडा कहंदे जगमोहन सिंह जदों अमरीक सिंह कहंदे आ ना ते दुनिया कोई कोई जानदा, पर जदों कहा जांदा कि मक्खी कबड्डी पा रहा ते दुनिया
ਕਹਿੰਦੇ ਅੱਡੀਆਂ ਚੁੱਕ ਚੁੱਕ ਕੇ ਵੇਖਦੀ ਹੈ। ਉਧਰ ਮੱਖਣ ਸੰਧੂ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਗਿਆ। ਅਗਲੀਆਂ ਟੀਮਾਂ ਨੂੰ ਵੀ ਬੇਨਤੀ ਹੈ ਕਿ ਜਲਦੀ ਦੇ ਨਾਲ ਖੇਡ ਦੇ ਮੈਦਾਨ ਦੇ ਵਿੱਚ ਪਹੁੰਚਣ। ਲਓ ਬਿਨੇ ਖੱਤਰੀ ਦੀ ਕਬੱਡੀ ਤੇ ਬੱਗੇ ਪਿੰਡ ਦਾ ਗਿੰਦਾ 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 ਪਰ ਬਿਨੇ ਖੱਤਰੀ ਨੰਬਰ ਇੱਕ ਹੋਰ ਜੋੜ ਗਿਆ ਮੀਰੀ ਪੀਰੀ ਤੇ ਆਜ਼ਾਦ ਕਬੱਡੀ ਕਲੱਬ। ਸੋ ਦੋਨੋਂ ਟੀਮਾਂ ਬਾਈ ਜੀ ਜਲਦੀ ਆ ਜਾਣ ਕਿਉਂਕਿ ਮੌਸਮ ਵਾਹਿਗੁਰੂ ਨੇ ਬੜੀ ਕਿਰਪਾ ਕੀਤੀ ਹੈ। ਪ੍ਰਬੰਧਕ ਕੱਲ ਕਹਿੰਦੇ ਸੀ ਮੀਂਹ ਦਾ ਥੋੜਾ ਜਿਹਾ ਦੱਸ ਰਿਹਾ ਨੈਟ, ਪਰ ਇੱਕ ਗੱਲ ਮੈਂ ਸੰਗਤ ਨੂੰ ਦੱਸਾਂ, ਇਹ ਪ੍ਰਮਾਤਮਾ ਹੈ, ਇਹ ਪਿੰਗਲਿਆਂ ਨੂੰ ਪਹਾੜ ਚੜਾ ਦਿੰਦਾ, ਇਹ ਡੁੱਬਦੇ ਬੇੜੇ ਪਾਰ ਲਾ ਦਿੰਦਾ, ਇਹ ਰੱਬ ਦਾ ਅੰਤ ਨਹੀਂ ਕਿਸੇ ਨੇ ਪਾਇਆ ਹੈ, ਨਾ ਕਿ ਕੋਈ ਪਾ ਸਕਦਾ, ਉਹ ਬੇਅੰਤ ਹੈ। ਬਾਬੇ ਨਾਨਕ ਨੇ ਇੱਕੋ ਗੱਲ ਚ ਖਤਮ ਕਰ ਦਿੱਤਾ, ਇੱਕ ਓੰਕਾਰ, ਇੱਕ ਦਾ ਇਕਾਰ ਹੈ, ਉਹ ਭਾਵੇ ਤੇ ਪਿੰਗਲਿਆਂ ਨੂੰ ਚੜਾ ਦਿੰਦਾ। ਆਓ ਵੇਖਦਾ ਵੀ ਫੇਰ ਪੰਜਾਬੀਆਂ ਦਾ ਮੱਖਣ ਸਿੰਘ ਆਓ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਚੌਂ ਜਾਫੀਆਂ ਵਿੱਚੋਂ ਜਿੰਦਿਆ, ਜੇ ਜਫਾ ਲਾ ਗਿਆ $100। ਸੁਖਰਾਜ ਕਹਿੰਦਾ ਵੀ ਮੈਂ ਦੇਵਾਂਗਾ। ਉੱਠੋ ਸੋਹਣਿਆ, ਉੱਠੋ ਪ੍ਰਦੀਪ ਸਿੰਘ, ਵੇਖ ਸਾਹਮਣੇ ਮੱਖਣ ਤੇਰੇ ਪਾਲੇ ਦੀ ਸਰਹੱਦ ਪਾਰ ਕਰ ਚੁੱਕੇ ਹੈ। ਆ ਗਿਆ ਨੌਜਵਾਨ ਸ਼ਾਹਕੋਟ ਏਰੀਏ ਦਾ, ਜਲੰਧਰ ਜ਼ਿਲ੍ਹਾ ਸਪੋਰਟਸ ਦਾ ਖੇਤਰ ਵਿੱਚ ਮੰਨਿਆ ਜਾਂਦਾ ਹੈ, ਪੰਮਾ ਹੈ, ਪੰਜਾਬ ਦੇ ਕੱਪਾਂ ਤੇ ਵੀ ਖੇਡਿਆ ਹੈ, ਪਰ ਦੂਸਰੇ ਪਾਸੇ ਹਰਮਨ ਹਰਮਨ ਤੇ ਪੰਮਾ, ਪੰਮਾ ਤੇ ਹਰਮਨ, ਇੱਕੋ ਦੇ ਤੁਸੇ ਇੱਕੋ ਦਾ ਸਰੀਰ, ਆਓ ਸਵਾਹ ਹਾਏ 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 ਰੱਖ ਉਂਗਲ ਕਹਿੰਦੇ ਭਾਈ ਜ਼ੋਰਦਾਰ ਮਾਰ ਦਿਓ ਮੇਰੇ ਵੀਰ, ਮੈਚ ਗਰਮ ਹੋ ਗਿਆ, ਕੁੰਡੀਆਂ ਦੇ ਸਿੰਘ ਫਸ ਗਏ, ਹੁਣ ਕੋਈ ਨਿੱਤਰੂ ਬੜੇ ਮੇ ਖਾਣੀ, ਕੁੰਡੀਆਂ ਦੇ ਸਿੰਘ ਫਸ ਗਏ, ਕੋਈ ਨਿੱਤਰੂ ਬੜੇ ਮੇ ਖਾਣੀ। ਉਧਰ ਬਿਨੇ ਖੱਤਰੀ ਪਰ ਮੰਨਾ ਮੰਨਾ ਨਹੀਂ ਜਫਾ ਲਾ ਸਕਿਆ। ਲਓ ਵੀ ਬ੍ਰਿਮਿੰਗ ਵਾਲਿਓ, ਜੇਕਰ ਮੈਚ ਨੂੰ ਜਿੱਤਣਾ ਚੂਰ ਸਿੰਘ ਜੀ ਜਫੇ ਲਾਉਣੇ ਪੈਣੇ ਆ, ਮੱਖੀ ਫੜਨਾ ਪੈਣਾ, ਪਰ ਮੱਖੀ ਕਿੱਥੇ ਹੱਥ ਆਉਂਦਾ। ਉਧਰ ਮੱਖਣ ਮੱਖੀ ਕਬੱਡੀ ਪਾ ਰਿਹਾ ਤੇ ਨੌਜਵਾਨ ਕਹਿੰਦੇ ਮਣੀ ਦੇ ਨਾਲ ਮੁਕਾਬਲਾ ਹੋ ਗਿਆ, ਪਰ ਮੱਖੀ ਮੱਖੀ ਇੱਕ ਤਕੜੇ ਪੁਆਇੰਟ ਦਾ ਵਾਧਾ ਕਰ ਗਿਆ। ਵੀ ਵੁੱਡ ਲਾਈਕ ਟੂ ਸੇ ਵਾਰਮ ਵੈਲਕਮ ਟੂ ਮੇਅਰ ਬੌਬ ਟਰਨਰ ਐਂਡ ਕੌਂਸਲਰ ਕੈਨ ਹਰਡੀ ਹੂ ਅਰਾਈਵਡ ਹੇਅਰ ਔਨ ਦਿਸ ਓਕੇਜਨ ਔਨ ਦਾ ਬਿਹਾਫ ਆਫ ਸ਼ੇਰੇ ਪੰਜਾਬ ਕਬੱਡੀ ਕਲੱਬ ਮੈਲਬਨ ਹੂ ਟੁੱਕ ਆਊਟ ਦੇਅਰ ਪ੍ਰੀਸ਼ੀਅਸ ਟਾਈਮ ਆਊਟ ਆਫ ਦੇਅਰ ਬਿਜ਼ੀ ਸਕੈਡਿਊਲ ਵਾਂਸ ਅਗੇਨ ਥੈਂਕ ਯੂ ਵੈਰੀ ਮੱਚ ਟੂ ਮੇਅਰ ਬੌਬ ਟਰਨਰ ਐਂਡ ਕੌਂਸਲਰ ਕੈਨ ਹਰਡੀ। ਲਓ ਹੈ ਸੂਸ ਕਬੱਡੀ ਪਾ ਕੇ ਵਾਪਸ ਆਇਆ ਤੇ ਅਗਲੀ ਕਬੱਡੀ ਮੱਖਣ ਸੰਧੂ ਦੀ। ਵੀਰ ਜੀ ਰਵੀ ਦੱਸੇ ਨਾ, ਰਵੀ ਵੀਰ ਵੱਲੋਂ ਮੰਗੀ ਦਾ ਤੇ ਗਿੰਦੇ ਦਾ ਜਫਾ $200 ਦਾ ਹੋਵੇਗਾ ਟਰਾਂਸਪੋਰਟ ਵਾਲੇ ਸਾਡੇ ਵੀਰਾਂ ਦਾ, ਇਹ ਐਲਾਨ ਹੈ ਵੀ 200 ਦਾ, ਇੱਕ ਇਸ ਤੋਂ ਬਾਅਦ ਇੱਕ ਇੱਕ ਕਬੱਡੀ ਪੈਣੀ ਹੈ, ਇਹ ਨੋਟ ਕਰ ਲੈਣ ਦੋਨੋਂ ਟੀਮਾਂ ਦੇ ਸਰਦਾਰ ਚੂੜ ਸਿੰਘ ਜੀ, ਤੁਸੀਂ ਵੀ ਨੋਟ ਕਰ ਲਓ। ਔਰ ਦੂਸਰੇ ਪਾਸੇ ਉਹ ਸਵਾਦ ਪੱਤਲਾ ਪੱਤਲਾ ਵਾਲਾ ਮੱਖੀ ਮੱਖੀ ਉੱਠੋ ਸੋਹਣਿਆ ਕਿ ਡਿੱਗਦੀ ਤੈਂਦੀ ਜੀ ਜੀ ਕਹਿੰਦੀ, ਜਿਵੇਂ ਬਦਾਰ ਸੱਧੂ ਨੇ ਗੱਲ ਕੀਤੀ। ਹੁਣ ਵੇਖਦਾ ਵੀ ਇੱਕ ਇੱਕ ਰੇਡ ਇਸ ਤੋਂ ਬਾਅਦ ਹੈ, ਰੋਜ਼ਗਾਰੀ ਗਿੰਦਿਆ ਮੈਚ ਫਸਿਆ ਹੋਇਆ, ਜਿੱਤਾਂ ਹਰਾਂ ਦੇ ਫੈਸਲੇ ਹੋਣੇ ਆ, ਉਹ ਬੱਗਿਆਂ ਵਾਲਾ ਗਿੰਦਾ ਕਿੰਗ ਦਾ ਭਤੀਜਾ ਮੈਨੂੰ ਲੱਗਦਾ ਜਫਾ ਲਾ ਗਿਆ, ਨਜ਼ਾਰਾ ਖੇਡ ਕਬੱਡੀ ਦਾ ਕਿਹਨੂੰ ਕਿਹਨੂੰ ਆਇਆ, ਤਾੜੀ ਵੱਡੀ ਸਾਰੀ ਮਾਰ ਕੇ ਦੱਸੋ। ਲਓ ਉਧਰ ਕਹਿੰਦੇ ਬਿਨੇ ਖੱਤਰੀ ਨੌਜਵਾਨ ਕਹਿੰਦੇ ਪੰਜਾਬ ਦੇ ਜੱਟ ਗਿੰਦੇ ਬੱਗਿਆਂ ਵਾਲੇ ਨੇ ਤਕੜਾ ਜਫਾ ਲਾ ਦਿੱਤਾ, ਗਿੰਦੇ ਨੇ ਜਾਫੀ ਦਾ ਨੰਬਰ ਗਿੰਦੇ ਦੇ ਹਿੱਸੇ ਹੈ। ਇਧਰ ਸਾਡਾ ਲੰਘਿਆਂ ਦੇ ਵਿੱਚੋਂ ਜਗਜੀਤ ਸਿੰਘ ਪਹੁੰਚਿਆ, ਕਹਿੰਦਾ ਵੀ ਜੇ ਮਸੀਕਨ ਮੂਲ ਦੇ ਖਿਡਾਰੀ ਮੱਖਣ ਸਿੰਘ ਨੂੰ ਗਿੰਦਾ ਜਫਾ ਲਾਊ ਤੇ $50 ਹੋਣਗੇ। ਰੇਡਾਂ ਮੇਰੇ ਹਿਸਾਬ ਨਾਲ ਭਾਜੀ ਇੱਕ ਹੀ ਰਹਿ ਗਈ ਹੈ, ਲਾਸਟ ਹੈ, ਲਾਸਟ ਕਬੱਡੀ ਹੈ ਤੇ ਲਾਸਟ ਕਬੱਡੀ ਦੇ ਜਿੱਤਾਂ ਹਾਰਾਂ ਦੇ ਫੈਸਲੇ ਹੈ। ਆਓ ਵੇਖਦਾ ਵੀ ਸ਼ਾਹ ਕੋਟੀਆਂ ਥੋੜੇ ਪੈਰ ਉੱਖੜੇ ਹੈ, ਪੰਮਾ ਹੈ, ਓ ਜਾਰੋ ਯਾਰੋ ਮੱਖਾ ਰੋ ਮੱਖਾ ਰੋ ਮੱਖਾ ਰੋ ਮੱਖਾ ਸੂਸ ਮਹਿਸੂਸ ਰੱਖ ਰੱਖ ਸਵਾਲ ਆਇਆ, ਜੇ ਸਵਾਲ ਆਇਆ ਕਰੀ ਤਾੜੀ ਜ਼ੋਰਦਾਰ। ਉਹ ਪਾ ਮੱਖਣਾ, ਉਹ ਵਾ ਮੱਖਣਾ ਰੋਜੀ, ਤੈਨੂੰ ਇੰਗਲਿਸ਼ ਆਉਂਦੀ ਹੈ, ਮੇਰੀ ਥੋੜੀ ਘੱਟ ਬਣਦੀ ਹੈ।
ਹੈਪੀ ਸੰਧਣ ਵੱਲੋਂ 100 ਡਾਲਰ ਮੱਖਣ ਨੂੰ ਕਿਤੇ ਵੀ ਸਾਡੇ ਵੀ ਆ ਜੀ ਭਾਈ ਜਿਹੜਾ ਜਿਹੜਾ ਉਹ ਟੱਕਰਦਾ ਨਿਆਰਾ ਕੁਮਾਰੀ ਇੱਥੇ ਰੱਖ ਤਾੜੀ ਵੱਜਦੀ ਰੌਕ ਬੈਂਕ ਦੇ ਮੇਲੇ ਤੇ ਉਧਰ ਪ੍ਰਗਟ ਗੱਲ ਡੈਡੀ ਸੋਲ ਹੋਣਾ ਦਾ ਮੇਲਾ ਅੱਜ ਤੇ ਖੋਸੇ ਕੋਟਲੇ ਵਾਲਿਆ ਪੰਜਾਬ ਦਾ ਕਿਸੇ ਕੱਪ ਦੀ ਯਾਦ ਆ ਰਹੀ ਹੈ ਇਹ ਕਹਿੰਦੇ ਮੈਲਬਨ ਹੈ ਕਿ ਸਾਡਾ ਮੈਲਬਨ ਸ਼ਹਿਰ ਮਹਾਨ ਕੁੜੇ ਆਸਟ੍ਰੇਲੀਆ ਦੀ ਜਿੰਦ ਜਾਨ ਕੁੜੇ ਇੱਥੇ ਬਸਦੇ ਪੰਜਾਬੀ ਬੇਸ਼ੁਮਾਰ ਕੁੜੇ ਜਿਹੜੇ ਕੌਡੀ ਨੂੰ ਕਰਦੇ ਦਿਲੋਂ ਪਿਆਰ ਕੁੜੇ ਇੱਕ ਵਾਰੀ ਮੈਲਬਨ ਸ਼ਹਿਰ ਵਾਲੇ ਆਪਣੇ ਸ਼ਹਿਰ ਦੇ ਲਈ ਵੱਡੀ ਸਾਰੀ ਤਾੜੀ ਮਾਰ ਦਿਓ ਵੱਡੀ ਸਾਰੀ ਤਾੜੀ ਮਾਰ ਦਿਓ ਲਓ ਦੁਨੀਆ ਸਵਾਦ ਲੈਣ ਦੇ ਲਈ ਆਈ ਹੈ ਸਕੋਰ ਦੱਸ ਦਈਏ ਬ੍ਰਿਮ ਬੈਂਕ ਦੇ ਨੰਬਰ ਹੈ 20 ਸ਼ੇਰੇ ਪੰਜਾਬ ਦੇ ਵੀ ਨੰਬਰ 20 ਹੁਣ ਅੰਦਾਜ਼ਾ ਲਾਓ ਵੀ ਅੱਧਾ ਨੰਬਰ ਕਿਹਦਾ ਉੱਤੇ ਹੈ ਭਾਜੀ ਮੈਨੂੰ ਇੱਕ ਵਾਰੀ ਫੇਰ ਦੱਸ ਦਿਓ ਕਿਤੇ ਮਿਸਟੇਕ ਨਾ ਕੋਈ ਹੋ ਜੇ ਜਿਹੜੇ ਵਾਧੂ ਆ ਜਿਹਨਾਂ ਦੀ ਡਿਊਟੀ ਨਹੀਂ ਗਰਾਊਂਡ 'ਚ ਕਲੀਅਰ ਕਰ ਦਿਓ ਭਾਜੀ ਇੱਕ ਵਾਰੀ ਫੇਰ ਦੱਸ ਦਿਓ ਭਾਜੀ ਕਹਿੰਦੇ ਵੀ ਇੱਧਰ ਵੀ ਸਾਈਡ ਹੈ